ਵੀਰੋ, ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਵਾਰਨਿੰਗ ਪੜ੍ਹ ਲਿਆ ਕਰੋ। ਅਸੀਂ ਕਿਸੇ ਨੂੰ ਡਾਕਟਰ ਨਹੀਂ ਬਣਾ ਸਕਦੇ, ਮਗਰ ਤੁਸੀਂ ਪੁੱਛ ਕੇ ਆਪਣੇ ਜਾਨਵਰਾਂ ਦਾ ਇਲਾਜ ਕਰ ਸਕਦੇ ਹੋ। ਵੀਡੀਓ ਦੇਖੋ। ਮੁੱਢਲੀ ਸਹਾਇਤਾ ਵਜੋਂ ਆਪਣੇ ਜਾਨਵਰਾਂ ਨੂੰ ਤੁਸੀਂ ਦੇ ਸਕਦੇ ਹੋ। ਅਗਰ ਤੁਹਾਡਾ ਇਹ ਦਵਾਈਆਂ ਦੇਣ ਨਾਲ ਵੀ ਤੁਹਾਡੇ ਜਾਨਵਰ ਨੂੰ ਕੋਈ ਫਰਕ ਨਹੀਂ ਪੈਂਦਾ, ਜਾਨਵਰ ਤੁਹਾਡਾ ਜ਼ਿਆਦਾ ਬਿਮਾਰ। ਸਤਿ ਸ਼੍ਰੀ ਅਕਾਲ ਪਸ਼ੂ ਪਾਲਕ ਵੀਰੋ, ਅੱਜ ਦਾ ਟੋਪਿਕ ਹੈ ਕਿ ਤੁਹਾਡਾ ਜਾਨਵਰ ਗਾਂ, ਮੱਝ, ਡੌਗ, ਕਬੂਤਰ, ਬੱਕਰੀਆਂ, ਮੁਰਗੇ ਖਾਣਾ ਪੀਣਾ ਛੱਡ ਦਿੰਦਾ ਅਤੇ ਚੁੱਪ ਕਰਕੇ ਬਹਿ ਜਾਂਦਾ। ਪਹਿਲਾਂ ਤਾਂ ਟੈਂਪਰੇਚਰ ਚੈੱਕ ਕਰੋ। ਟੈਂਪਰੇਚਰ ਚੈੱਕ ਕਰਨ ਤੋਂ ਬਾਅਦ ਜੇ ਤੁਹਾਨੂੰ ਟੈਂਪਰੇਚਰ ਹੈ, ਫਿਰ ਤਾਂ ਤੁਸੀਂ ਮਲੋਕਸੀਕੈਮ, ਪੈਰਾਸੀਟਾਮੋਲ ਦਿਓ। ਨਾਲ ਹੀ ਤੁਸੀਂ ਓਰਲ ਦੇ ਵਿੱਚ ਪੀਣ ਵਾਲੀਆਂ ਦਵਾਈਆਂ ਵੀ ਤੁਸੀਂ ਦੇ ਸਕਦੇ ਹੋ, ਅਤੇ ਨਾਲ ਹੀ ਤੁਸੀਂ ਵੈਲਾਮਿਲ ਦੇ ਸਕਦੇ ਹੋ। ਮਗਰ ਉਹ ਦੇਣੀ ਹੈ ਬੋਡੀ ਵੇਟ ਦੇ ਹਿਸਾਬ ਨਾਲ ਦੇਣੀ ਹੈ ਕਿ ਤੁਹਾਡੇ ਡੰਗਰ ਨੂੰ ਕੀ ਪ੍ਰੋਬਲਮ ਹੈ ਅਤੇ ਕਦੋਂ ਤੋਂ ਪ੍ਰੋਬਲਮ ਹੈ ਇਹ। ਅਤੇ ਮੈਂ ਤੁਹਾਨੂੰ ਇਕੱਲੀ ਇਕੱਲੀ ਗੱਲ ਦੱਸ ਰਿਹਾ ਇਹਦੇ ਵਿੱਚ, ਇਕੱਲੀ ਇਕੱਲੀ ਤੁਹਾਨੂੰ ਮੈਂ ਵਿਸਥਾਰ ਦੇ ਵਿੱਚ ਚਾਨਣਾ ਪਾ ਰਿਹਾ ਇਹਦੇ ਵਿੱਚ। ਪਹਿਲੀ ਗੱਲ ਤਾਂ ਤੁਸੀਂ ਜਦੋਂ ਤੁਹਾਡਾ ਕੋਈ ਜਾਨਵਰ ਬਿਮਾਰ ਹੁੰਦਾ, ਬਿਮਾਰ ਵੈਸੇ ਨਹੀਂ ਹੁੰਦਾ, ਜਾਂ ਤਾਂ ਉਹਦਾ ਟੈਂਪਰੇਚਰ ਲੋਅ ਹੋਊਗਾ ਜਾਂ ਉਹਦਾ ਟੈਂਪਰੇਚਰ ਹਾਈ ਹੋਜੂ। ਤੁਸੀਂ ਪਹਿਲਾਂ ਤਾਂ ਥਰਮਾਮੀਟਰ ਦੀ ਸਹਾਇਤਾ ਨਾਲ ਤੁਸੀਂ ਜਾਨਵਰ ਦਾ ਬੁਖਾਰ ਚੈੱਕ ਕਰ ਸਕਦੇ ਹੋ। ਜੇ ਤੁਹਾਡੇ ਜਾਨਵਰ ਨੂੰ ਟੈਂਪਰੇਚਰ ਹੈ ਤਾਂ ਤੁਸੀਂ ਉਸ ਨੂੰ ਇਹ ਇੰਜੈਕਸ਼ਨ ਆਉਂਦਾ ਮੈਲੋਕੈਮ, ਇਹ ਸਿੰਪਲ ਇੰਜੈਕਸ਼ਨ ਹੈ। ਇਹਦੇ ਨਾਲ ਦਾ ਮੈਲੋਕੈਮ, ਪੈਰਾਸੀਟਾਮੋਲ, ਲਿਮੋਸਲੇਡ ਵੀ ਆਉਂਦਾ, ਮਗਰ ਇਹ ਸਿੰਪਲ ਹੈ। ਤੁਸੀਂ ਇਹ ਵੀ ਲਗਾ ਸਕਦੇ ਹੋ ਅਤੇ ਨਾਲ ਹੀ ਤੁਸੀਂ ਐਂਡਰੋਫਲੋਕਸਾਜਨ, ਜਿਹੜਾ ਕਿ ਜੈਡਸ ਕੰਪਨੀ ਦਾ ਆਉਂਦਾ, ਤੁਸੀਂ ਇਹ ਵੀ ਦੇ ਸਕਦੇ ਹੋ ਉਹਨੂੰ। ਅਤੇ ਨਾਲ ਹੀ ਤੁਸੀਂ ਵੈਲਾਮਿਲ, ਜੋ ਕਿ ਬਹੁਤ ਹੀ ਵਧੀਆ ਰਿਜ਼ਲਟ ਇਹਦਾ ਟੀਕੇ ਦਾ, ਵੈਲਾਮਿਲ ਵੀ ਤੁਸੀਂ ਲਗਾ ਸਕਦੇ ਹੋ ਆਪਣੇ ਜਾਨਵਰ ਨੂੰ। ਉਸ ਤੋਂ ਬਾਅਦ, ਇਹ ਲਗਾਉਣ ਤੋਂ ਬਾਅਦ ਤੁਸੀਂ ਆਪਣੇ ਜਾਨਵਰਾਂ ਨੂੰ ਓਰਲ ਦੇ ਵਿੱਚ, ਜਿਵੇਂ ਕਿ ਇਹ ਬਰੋਟੋਨ ਹੈ, ਤੁਸੀਂ ਬਰੋਟੋਨ ਵੀ ਦੇ ਸਕਦੇ ਹੋ। ਅਤੇ ਬਰੋਟੋਨ ਜੋ ਨਹੀਂ ਮਿਲਦੀ ਤੁਹਾਨੂੰ, ਫਿਰ ਲਿਵ ਕੇਅਰ ਮਿਲ ਸਕਦੀ ਹੈ, ਇਹ ਤੁਸੀਂ ਦੇ ਸਕਦੇ ਹੋ। ਉਸ ਤੋਂ ਇਲਾਵਾ ਅਗਰ ਤੁਹਾਨੂੰ ਇਹ ਵੀ ਚੀਜ਼ਾਂ ਨਹੀਂ ਮਿਲ ਰਹੀਆਂ ਓਰਲ ਦੇ ਵਿੱਚ, ਤਾਂ ਤੁਹਾਨੂੰ ਇਹ ਵੀ ਮਿਲ ਸਕਦੀ ਹੈ, ਕਦੇ ਇਹ ਵੀ ਲੈ ਸਕਦੇ, ਤੁਸੀਂ ਦੇ ਸਕਦੇ ਹੋ ਸੀਲੀਫੋਰਟ। ਇਹ ਵੀ ਨਹੀਂ ਤੁਹਾਨੂੰ ਮਿਲਦੀਆਂ ਤਾਂ ਤੁਹਾਨੂੰ ਇੱਕ ਇਹ ਵੀ ਮਿਲ ਸਕਦੀ ਹੈ ਲੈਕਟੀਫੋਰ, ਜਿਹੜਾ ਕਿ ਈਸਟ ਹੁੰਦਾ। ਇਹਦੇ ਵਿੱਚ ਇਹ ਪੀ ਐੱਚ ਲੈਵਲ ਨੂੰ ਸਹੀ ਕਰ ਦਿੰਦਾ ਡੰਗਰ ਦੇ, ਕੋਈ ਵੀ ਐਨੀਥਿੰਗ ਡੰਗਰ ਹੋਵੇ ਉਹਦੇ ਪੀ ਐੱਚ ਲੈਵਲ ਸਹੀ ਕਰ ਦੂਗਾ ਇਹ। ਇਸ ਤੋਂ ਇਲਾਵਾ ਤੁਸੀਂ ਹਿਊਮਨ ਵਾਲੀਆਂ ਦਵਾਈਆਂ ਵੀ ਦੇ ਸਕਦੇ ਹੋ, ਇਹ ਹਿਊਮਨ ਦੇ ਵਿੱਚ ਯੂਜ ਹੁੰਦੀਆਂ ਨੇ, ਮਗਰ ਇਹ ਬੱਕਰੀਆਂ, ਕੁੱਤੇ ਅਤੇ ਮੁਰਗੀਆਂ, ਕਬੂਤਰਾਂ ਨੂੰ ਦਿੱਤੀਆਂ ਜਾਂਦੀਆਂ ਨੇ ਇਹ ਬਿਮਾਰੀ ਦਵਾਈਆਂ, ਬਿਮਾਰੀਆਂ ਤੋਂ, ਫੰਗਲ ਡਿਸੀਜ਼ ਤੋਂ। ਅਤੇ ਤੁਸੀਂ ਆਹ ਵੀ ਲੀਵਰ ਦੀ ਦੇ ਸਕਦੇ ਹੋ, ਇਹ ਵੀ ਹਿਊਮਨ ਦੇ ਵਿੱਚ ਆਉਂਦੀ ਹੈ। ਮਗਰ ਜੇ ਤੁਹਾਨੂੰ ਨਹੀਂ ਮਿਲਦੀ ਕਿਸੇ ਟਾਈਮ ਦੇ ਵਿੱਚ ਦਵਾਈਆਂ, ਤਾਂ ਤੁਸੀਂ ਇਹ ਦਵਾਈ ਵੀ ਦੇ ਸਕਦੇ ਹੋ ਉਹਨੂੰ। ਇੱਕ ਇਹ ਆਉਂਦੀ ਆ ਗੋਲੀ ਆਉਂਦੀ ਆ ਜਿਹੜੀ ਐਨਾਜਾਈਮ, ਐਨਾਜਾਈਮ ਵੀ ਤੁਸੀਂ ਦੇ ਸਕਦੇ ਹੋ, ਇਹ ਵੀ ਹਿਊਮਨ ਦੇ ਵਿੱਚ ਆਉਂਦੀ ਹੈ। ਮਗਰ ਕਈ ਦਵਾਈਆਂ ਇਹ ਵੀ ਹੁੰਦੀਆਂ ਨੇ ਕਿ ਹਿਊਮਨ ਵਾਲੀਆਂ ਦਵਾਈਆਂ ਵੈਟਨਰੀ ਦੇ ਵਿੱਚ, ਜਿਵੇਂ ਛੋਟੇ ਪਸ਼ੂ ਦੇ ਵਿੱਚ ਬਹੁਤ ਹੀ ਕਾਰਗਰ ਹੋਈਆਂ ਨੇ। ਅਤੇ ਤੁਸੀਂ ਇਹਦੇ ਨਾਲ ਤੁਸੀਂ ਆਹ ਵੀ ਦੇ ਸਕਦੇ ਹੋ ਬਾਇਓ ਬੂਸਟ, ਬਾਇਓ ਬੂਸਟ ਦੀ ਗੋਲੀਆਂ ਹੁੰਦੀਆਂ ਨੇ। ਇੱਕ ਹੋਰ ਹੈ ਉਹ ਰੂਮੀ ਸੈੱਲ, ਉਹਨੂੰ ਰੂਮੀ ਸੈੱਲ ਕਹਿੰਦੇ ਨੇ ਵੀਰ ਜੀ, ਉਹ ਵੀ ਤੁਸੀਂ ਦੇ ਸਕਦੇ ਹੋ। ਅਤੇ ਇੰਨਾ ਕੁ ਮੈਂ ਕਹਿਣ ਦਾ ਤੁਹਾਡਾ ਜਜ਼ਬਾ, ਇਹ ਤੁਸੀਂ ਇੱਕ ਦੋ ਦਿਨ ਦੇ ਕੇ ਦੇਖਣੇ ਨੇ ਮੇਰਾ ਵੀਰ, ਕਿਉਂਕਿ ਤੁਸੀਂ ਇਹ ਬਹੁਤ ਦਿਨ ਦੇ ਨਹੀਂ ਸਕਦੇ। ਜੇ ਤੁਹਾਡਾ ਜਾਨਵਰ ਇੱਕ ਦੋ ਸਹੀ ਹੋ ਗਏ, ਫਿਰ ਤੁਸੀਂ ਰੂਟੀਨ ਬਣਾ ਲਿਓ, ਫਿਰ ਤਾਂ ਇਹੀ ਚੀਜ਼ਾਂ ਹੁੰਦੀਆਂ ਨੇ। ਬਾਕੀ ਜੇ ਤੁਹਾਡਾ ਕੰਮ ਜ਼ਿਆਦਾ ਉਲਝ ਜਾਵੇ ਡੰਗਰ ਦਾ, ਤਾਂ ਤੁਸੀਂ ਨੇੜੇ ਦੇ ਪਸ਼ੂ ਹਸਪਤਾਲ ਦੇ ਵਿੱਚ, ਜਿਹੜੇ ਕਿ ਮਾਹਿਰ ਡਾਕਟਰ ਨੇ, ਤੁਸੀਂ ਉਹਨਾਂ ਦੀ ਸਲਾਹ ਲੈ ਸਕਦੇ ਹੋ। ਇਹ ਵੀਰ ਜੀ ਮੈਂ ਤੁਹਾਨੂੰ ਤਾਂ ਦੱਸਿਆ ਕਿ ਰਾਤ ਬਰਾਤੇ ਤੁਹਾਨੂੰ ਬਿਮਾਰ ਤੁਹਾਡਾ ਪਸ਼ੂ ਹੋ ਜਾਵੇ, ਡਾਕਟਰ ਤੁਹਾਡੇ ਘਰ ਨਾ ਆਵੇ, ਜਾਂ ਕਿਤੇ ਕੰਮ ਹੁੰਦੇ ਨੇ ਉਹਨਾਂ ਨੂੰ ਵੀ ਉਹ ਨਾ ਆਵੇ, ਤਾਂ ਤੁਸੀਂ ਆਪ ਹੀ ਇਹ ਦਵਾਈ ਤੁਸੀਂ ਦੇ ਸਕਦੇ ਹੋ। ਮੁੱਢਲੀ ਸਹਾਇਤਾ ਵੱਲੋਂ ਤੁਸੀਂ ਆਪਣੇ ਜਾਨਵਰ ਦੀ ਜਾਨ ਬਚਾ ਸਕਦੇ ਹੋ। ਮਗਰ ਤੁਸੀਂ ਇਹ ਪੁੱਛ ਲੈਣਾ ਕਿ ਸਰ ਦੇਣੀ ਕਿਵੇਂ ਹੈ, ਦਵਾਈ ਕਿਵੇਂ ਦੇਣੀ ਹੈ, ਕੀ ਰੂਟ ਹੈ ਇਹਦਾ, ਕਿਉਂਕਿ ਤੁਹਾਨੂੰ ਇਹਦਾ ਰੂਟ ਦਾ ਨਹੀਂ ਪਤਾ, ਤੁਹਾਨੂੰ ਇਹਦਾ ਰੂਟ ਦਾ ਨਹੀਂ ਪਤਾ। ਤੁਸੀਂ ਇੱਕ ਵਾਰੀ ਦਿਓਗੇ ਤਾਂ ਤੁਸੀਂ ਆਪਣੇ ਜਾਨਵਰਾਂ ਦੀ ਜਾਨਾਂ ਵੀ ਬਚਾ ਸਕਦੇ ਹੋ। ਅਤੇ ਮੇਰਾ ਤਾਂ ਇਹੀ ਮਕਸਦ ਹੈ ਵੀਰ ਜੀ ਕਿ ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਬਾਕੀ ਕਹਿਣਾ ਤਾਂ ਮੇਰਾ ਫਰਜ਼ ਹੀ ਹੈ ਵੀਰੋ, ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਹੈ।
मैं तो एवें ही लोग भलाई के कामों के वीडियो पाई जाऊँगा। अगे तुसी शेयर करना ना करना, सबसक्राइब करना ना करना, वो तुहाड़ी मर्जी है वीरो। आपां तां इदां ही लोग भलाई के बढ़ चढ़ के योगदान पा रहे हैं वीरो। जे तुसी शेयर करोगे, अगे किसी नूं सबसक्राइब करवाओगे, जां किसी यार मित्र जे फार्म वाले नूं भेजोगे, तां किसी जानवर की जान बचेगी, तां वीरो ये बहुत वड्डा पुन्न है। धन्यवाद वीर जी। जो वीडियो चंगी लगती है मेरिया तो लाइक शेयर कमेंट सबसक्राइब जरूर कर दिया करो, अगे गाह फॉरवर्ड कर दिया करो। धन्यवाद वीर जी, बहुत बहुत।